ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਵਿੱਚ ਅੱਜ 6 ਹੋਰ ਵਿਅਕਤੀ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਕੁੱਲ 58 ਸੈਂਪਲ ਟੈਸਟ ਵਾਸਤੇ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 6 ਦੀ ਰਿਪੋਰਟ ਪੋਜ਼ਿਟਿਵ ਆਈ ਹੈ ਤੇ ਇਹ ਸਾਰੇ ਕੇਸ ਰਾਜਪੁਰਾ ਨਾਲ ਸੰਬੰਧਿਤ ਨੇ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਲਾਕਡਾਊਨ ਦੇ ਨਿਯਮ ਦੀ ਪਾਲਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ। ਇਸ ਤੋਂ ਬਾਅਦ ਹੁਣ ਜਿੱਥੇ ਰਾਜਪੁਰਾ ਦੇ ਵਿੱਚ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ 36 ਹੋ ਗਈ ਹੈ, ਉੱਥੇ ਹੀ ਪਟਿਆਲਾ ਜ਼ਿਲ੍ਹੇ ਵਿੱਚ ਕੇਸਾਂ ਦੀ ਗਿਣਤੀ 55 ਹੈ। ਸਰ, ਮੈਂ ਡਾਕਟਰ ਹਰੀਸ਼ ਮਲਹੋਤਰਾ, ਸਿਵਲ ਸਰਜਨ ਪਟਿਆਲਾ। ਅੱਜ 24 ਅਪ੍ਰੈਲ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕੱਲ੍ਹ 58 ਸੈਂਪਲਸ ਰਾਜਪੁਰਾ ਤੋਂ ਲਏ ਗਏ ਸੀ, ਉਹਨਾਂ 'ਚੋਂ ਸਿਰਫ 6 ਹੀ ਪੋਜ਼ਿਟਿਵ ਆਏ ਨੇ। ਔਰ ਇਹ ਸਭ ਸਾਡੇ ਸਾਂਝੇ ਉੱਦਮ ਦਾ ਪ੍ਰਤੀਕ ਹੈ। ਡੀਸੀ ਸਾਹਿਬ ਨੇ ਆਪ ਰਾਜਪੁਰਾ ਡੇਰਾ ਲਾਈ ਰੱਖਿਆ ਅਤੇ ਸਾਡੀ ਟੀਮਾਂ ਨੇ ਵੀ ਬਿਲਕੁਲ ਕੰਟੈਕਟ ਟ੍ਰੇਸਿੰਗ ਜਿਹੜੀ ਪਰਫੈਕਟਲੀ ਇਨ ਟੈਂਡਮ ਵਿਦ ਆਪਣੇ ADC ਸਾਹਿਬਾਂ ਨਾਲ ਕੀਤੀ, ਔਰ ਅਸੀਂ ਇਸ 'ਚ ਸਫਲ ਹੋ ਸਕੇ ਹਾਂ ਕਿ ਅਸੀਂ 6 ਸਿਰਫ ਇਹ ਸੈਂਪਲ ਪੋਜ਼ਿਟਿਵ ਆਏ ਨੇ। ਕੰਟੈਕਟ ਟ੍ਰੇਸਿੰਗ ਕਾਫੀ ਗਹਿਰਾਈ 'ਚ ਜਾ ਕੇ ਕੀਤੀ ਗਈ ਹੈ, ਔਰ ਹਾਲੇ ਵੀ 25 ਟੀਮਾਂ ਜਿਹੜੀਆਂ ਹੈਗੀਆਂ ਮੇਰੀਆਂ ਸਕਰੀਨਿੰਗ ਜਿਹੜੀ ਹੈ ਰਾਜਪੁਰਾ 'ਚ ਜਾਰੀ ਹੈ, ਔਰ ਆਸ ਹੈ ਵੀ ਕੱਲ੍ਹ ਤੱਕ ਅਸੀਂ ਸਾਰੀ ਕੰਪਲੀਟ ਕਰ ਲਾਂਗੇ। ਅਗਰ ਕੋਈ ILI ਲਾਈਕ ਸਿਮਟਮਸ ਵਾਲਾ ਕੋਈ ਵੀ ਕੇਸ ਮਿਲਿਆ ਤਾਂ ਉਹਦੀ ਵੀ ਸੈਂਪਲਿੰਗ ਕਰਾਂਗੇ। ਔਰ ਅੱਜ ਅਸੀਂ 12 ਸੈਂਪਲ ਹੋਰ ਲਏ ਨੇ ਰਾਜਪੁਰਾ ਤੋਂ, ਉਹਨਾਂ ਦੀ ਰਿਜ਼ਲਟ ਕੱਲ੍ਹ ਆਏਗਾ। ਔਰ ਮੇਰੀ ਜਨਤਾ ਨੂੰ ਅਪੀਲ ਹੈ ਕਿ ਜਿਹੜਾ ਕੰਟੇਨਮੈਂਟ ਏਰੀਆ ਵਾਇਲੇਟ ਨਾ ਕਰੋ, ਬੇਲੋੜੀ ਮੂਵਮੈਂਟ ਨਾ ਕਰੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ, ਔਰ ਜਿਹੜਾ ਬਫਰ ਜ਼ੋਨ ਡੀ ਸਾਹਿਬ ਨੇ ਬਣਾਇਆ ਹੈ ਉਸ 'ਚ ਵੀ ਕਿਰਪਾ ਕਰਕੇ ਬੇਲੋੜੀ ਮੂਵਮੈਂਟਸ ਨਾ ਕਰੋ। ਸਰਕਾਰ ਤੁਹਾਡੇ ਫਾਇਦੇ ਲਈ ਹਰ ਪੱਗ ਉਠਾ ਰਹੀ ਹੈ, ਸਭ ਕੁਝ ਤੁਹਾਨੂੰ ਅੰਦਰ ਮਿਲ ਰਿਹਾ, ਸਪਲਾਈਜ਼, ਦਵਾਈ, ਸਿਹਤ ਸੁਵਿਧਾਵਾਂ, ਕਿਰਪਾ ਕਰਕੇ ਕੋਪਰੇਟ ਕਰੋ। ਇਹ ਤੁਹਾਡੇ ਹੀ ਫਾਇਦੇ ਦੀ ਗੱਲ ਹੈ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਇਸ ਤੋਂ COVID-19 ਤੋਂ ਨਿਜਾਤ ਪਾ ਸਕੀਏ। ਆਪ ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।